ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਮੂੰਹ ਕੀ ਉਚਰੈ ਸਾਸਤਰ ਖੱਟ, ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ। ਜੋ ਕਾਲ ਕਿਰਪਾ ਕਰਾਏ, ਕਿਰਪਾ ਕਰੇ ਜਿਸ ਪ੍ਰਾਣ ਪ੍ਰਭ ਦਾਤਾ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਗਣੋ ਭਾਗਾ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ। ਤਿਉਂ ਤਿਉਂ ਹਰਸਿਉਂ ਸੰਗ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਦ ਜਰਨਾ ਵਿਆਪੈ। ਸਾਗਰ ਤਰੂਆ ਸਾਗਰ ਤਰਿਆ, ਸਾਗਰ ਤਰਿਆ ਸਾਧੂ ਸੰਗੇ, ਨਿਰਪਉ ਨਾਮ ਜਪੋ ਹਰ ਰੰਗੇ, ਨਿਰਪਉ ਨਾਮ ਜਪੋ ਹਰ ਰੰਗੇ। ਮੇਰੀ ਬੰਦਨਾ ਗੋਪਾਲ ਰਾਏ, ਬੰਦਨਾ ਜੀ ਮੇਰੀ ਬੰਦਨਾ ਗੋਪਾਲ ਰਾਏ, ਬੰਦਨਾ ਜੀ ਨਾ ਗੋਪਾਲ ਰਾਏ, ਬੰਦਨਾ ਜੀ ਮੇਰੀ ਬੰਦਨਾ ਗੋਪਾਲ ਰਾਏ, ਬੰਦਨਾ ਜੀ ਮੇਰੀ ਬੰਦਨਾ ਗੋਪਾਲ ਰਾਏ, ਬੰਦਨਾ ਜੀ ਬੰਦ
ਵੰਦਨਾ ਗੋਪਾਲ ਰਾਏ ਵੰਦਨਾ ਜੀ ਵੰਦਨਾ ਗੋਪਾਲ ਰਾਏ ਵੰਦਨਾ ਜੀ ਤੇਰੀ ਵੰਦਨਾ ਗੋਪਾਲ ਰਾਏ ਵੰਦਨਾ ਜੀ ਗੋਪਾਲ ਰਾਏ ਵੰਦਨਾ ਜੀ ਵੰਦਨਾ 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 ਗੋਪਾਲ ਰਾਏ ਵੰਦਨਾ ਜੀ ਮੇਰੀ ਵੰਦਨਾ ਗੋਪਾਲ ਰਾਏ ਵੰਦਨਾ ਜੀ ਵੰਦਨਾ ਗੋਪਾਲ ਰਾਏ ਵੰਦਨਾ ਜੀ ਵੰਦਨਾ ਗੋਪਾਲ ਰਾਏ ਵੰਦਨਾ ਜੀ ਵਾਹਿਗੁਰੂ 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 ਵੰਦਨਾ ਹਰ ਵੰਦਨਾ
ਗਾਵੋ ਗੋਪਾਲ ਰਾਏ ਅੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕੇ ਮਨ ਰਾਪੈ ਸੋਗ ਅਗਨ ਤਿਸ ਜਨ ਨ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਨਿਰਪਉ ਨਾਮ ਜਪੋ ਹਰ ਰੰਗੇ ਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰਣਾ ਦਾਨ ਦਇਆ ਦੇ ਸਾਗਰ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਤਾ ਦੇ ਰਹਿਬਰ ਦਸਾਂ ਪਾਤਸ਼ਾਹੀਨ ਜਗਦੀ ਜੋਤ ਗੁਰਤਾ ਗੱਦੀ 'ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਨਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲੈ ਕਰ ਕਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਅਤੇ ਸਵਰਸਾਂ ਨੂੰ ਸਫਲ ਬਣਾ ਰਹੇ ਹੋ ਵਡਭਾਗੀ ਹੋ। ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ ਸੋਈ ਗਣੋ ਅਭਾਗਾ ਕਿਰਪਾ ਕਰੇ ਜਿਸ ਪਾਰ ਬਹਿਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਉਂ ਸੁਰੰਗ ਜਿਸ ਵਡਭਾਗੀ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਦਇਆ ਕਰਦਾ ਹੈ ਕਿਰਪਾਲੂ ਦਿਆਲੂ ਹੁੰਦੇ ਹਨ ਉਸ ਨੂੰ ਸਤਸੰਗ ਪ੍ਰਾਪਤ ਹੁੰਦਾ ਹੈ। ਵੱਡੇ ਭਾਗ ਕਰਕੇ ਸਤਸੰਗਤ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਕਹਿੰਦੇ ਹੋਵੇ ਸਾਧੂ ਸੰਗ ਪਰ ਹੁੰਦਾ ਜਦੋਂ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ। ਸਤ ਸੰਤੋਖ ਹੋਵੇ ਅਰਦਾਸ ਤਾਂ ਤੂੰ ਸੁਣ ਸਦ ਬਹਾਲੇ ਪਾਸ
ਸਤ ਸੰਤੋਖ ਹੋਵੇ ਅਰਦਾਸ। ਮਹਾਰਾਜ ਅੱਗੇ ਹੀ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੀ ਸਾਨੂੰ ਸਤਸੰਗ ਕਰਨ ਦਾ ਬਲ ਬਖਸ਼ਣੀ। ਅਤੇ ਮਹਾਰਾਜ ਅੱਗੇ ਕਹਿੰਦੇ ਨੇ ਭਾਈ, ਸਤ ਸੰਤੋਖ ਹੋਵੇ ਅਰਦਾਸ ਤਾਂ ਤੂੰ ਸੁਣ ਸਦ ਬਹਾਲੇ ਪਾਸ। ਕਹਿੰਦੇ ਸਾਡੀ ਅਰਦਾਸ ਬੇਨਤੀ ਸੁਣੀ ਪਾਤਸ਼ਾਹ, ਤੈਨੇ ਰਹਿਮਤ ਕੀਤੀ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਉਹ ਸੁਣਦਾ ਵੀ ਹੈ ਅਤੇ ਵੇਖਦਾ ਵੀ ਹੈ। ਫਿਰ ਮਹਾਰਾਜ ਜਦੋਂ ਵੇਖ ਲੈਂਦੇ ਨੇ ਨਾ, ਸੁਣ ਲੈਂਦੇ ਨੇ, ਫਿਰ ਮਹਾਰਾਜ ਕਿਰਪਾ ਕਰਦੇ ਨੇ, ਫਿਰ ਆਪਣੇ ਪਾਸ ਬਹਾਉਂਦੇ ਨੇ। ਜਿਵੇਂ ਮਾਤਾ ਆਪਣੇ ਪੁੱਤਰ ਨੂੰ ਕਹਿੰਦੀ, ਆ ਪੁੱਤਰ ਤੂੰ ਮੇਰੀ ਗੋਦ ਵਿੱਚ ਬੈਠ। ਸਰਵਣ ਕਰਿਆ ਸੀ ਇੱਕ ਮਾਤਾ ਦੀ ਗੋਦ ਹੈ, ਮਾਤਾ ਜਨਮ ਦਿੰਦੀ ਹੈ, ਪੁੱਤਰ ਨੂੰ ਇੱਕ ਸਤਸੰਗਤ ਜਨਮ ਦਿੰਦੀ ਹੈ, ਭਗਤ ਨੂੰ, ਬ੍ਰਹਮ ਗਿਆਨੀ ਨੂੰ, ਤਤ ਵੇਤੇ ਨੂੰ, ਜਨ ਸਿੱਖ ਨੂੰ। ਇਹ ਸੰਗਤ ਦੇ ਵਿੱਚ ਆ ਕੇ ਭਾਈ ਤਤ ਵੇਤੇ ਬ੍ਰਹਮ ਗਿਆਨੀ ਪੈਦਾ ਹੁੰਦੇ ਨੇ। ਮਾਨੋ ਇੱਕ ਸੱਚਖੰਡ ਦਰਵਾਜ਼ਾ ਹੈ। ਫਿਰ ਜਦੋਂ ਹੁਣ ਮਹਾਰਾਜ ਕਿਰਪਾ ਕਰਨਗੇ, ਹੋਵੇ ਸਾਧੂ ਸੰਗ, ਫਿਰ ਸਾਧੂਆਂ ਦੀ ਰੱਬ ਦੀ ਸੰਗਤ ਹੋਵੇਗੀ ਜਿੱਥੇ ਆਪਾਂ ਬੈਠੇ ਹਾਂ। ਫਿਰ ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉਂ ਰੰਗ। ਜਿਵੇਂ ਜਿਵੇਂ ਇਹ ਕੁਦਰਤੀ ਨਿਯਮ ਹੈ ਕਿ ਜਿਉਂ ਜਿਉਂ ਉਹ ਸਤਸੰਗ ਵਿੱਚ ਬੈਠਣਾ ਸ਼ੁਰੂ ਕਰ ਦਿੰਦਾ, ਗੁਰਮੁਖ ਪਿਆਰਾ, ਰੱਬ ਦਾ ਪਿਆਰਾ, ਵਧਾਇਆ ਜਾਂਦਾ ਹੈ, ਕਿਉਂਕਿ ਸੰਗਤ ਵਧਾਈ ਜਾਂਦੀ ਹੈ। ਜੇ ਮੇਰੇ ਵਰਗਾ ਕਹਿ ਦੇ ਵੀ ਚੱਲ ਕੱਲ੍ਹ ਗਏ ਤੇ ਅੱਜ ਕੀ ਕਰਾਂਗੇ ਜਾ ਕੇ, ਕੱਲ੍ਹ ਬਾਣੀ ਪੜ੍ਹ ਲਈ ਜਬਾਣੀ ਕੀ ਪੜ੍ਹਾਂ ਕਰਕੇ, ਫਿਰ ਤਿਉਂ ਤਿਉਂ ਪਰਮਾਤਮਾ ਦਾ ਪਿਆਰ ਵੱਧਦਾ ਜਾਂਦਾ ਹੈ। ਜਿੰਨਾ ਜਿਵੇਂ ਸਤਸੰਗਤ ਕਰੀਂਗੇ, ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉਂ ਰੰਗ। ਫਿਰ ਭਾਈ ਰੰਗ ਰਾਗਤ ਲਾਗਤ, ਲਾਗਤ ਹੈ ਪਉ ਭਾਗਤ, ਭਾਗਤ ਭਾਗਤ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਦਾਗਾ। ਐਸਾ ਰੰਗ ਚੜ੍ਹ ਜਾਂਦਾ ਹੈ ਅਤੇ ਪਰਮਾਤਮਾ ਕਿਰਪਾ ਕਰਦਾ ਤਾਂ ਕਦੇ ਮੈਲਾ ਹੀ ਨਹੀਂ ਹੁੰਦਾ, ਪਰ ਮਿਲਦੀ ਇਹ ਵੱਡੇ ਭਾਗਿਆਂ ਕਰਕੇ ਆ। ਇੱਦਾਂ ਨਹੀਂ ਮਿਲਣੀ, ਜਦੋਂ ਰੱਬ ਦੇ ਪਿਆਰੇ ਮਿਲ ਜਾਂਦੇ ਨੇ, ਇੰਨੀ ਨਾ ਘਟਾਓ ਦੀ ਆਵਾਜ਼ ਆ, ਜਦ ਰੱਬ ਦੇ ਪਿਆਰੇ ਮਿਲਦੇ ਨੇ ਨਾ, ਸਾਡੇ ਦੁੱਖਾਂ ਦਾ, ਪਾਪਾਂ ਦਾ, ਵਿਕਾਰਾਂ ਦਾ ਨਾਸ ਹੁੰਦਾ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਸਾਡੇ ਸਹੀ, ਹੋਂ ਢੁੰਡੇਂਦੀ ਜੱਗ ਸਵਾਇਆ, ਜਨ ਨਾਨਕ ਵਿਰਲੇ ਕਈ। ਫਿਰ ਇਹੀ ਮਹਾਰਾਜ ਚਰਨਾਂ ਵਿੱਚ ਬੇਨਤੀ ਕਰੀਏ, ਸਤ ਸੰਤੋਖ ਹੋਵੇ ਅਰਦਾਸ। ਇੱਥੇ ਵੀ ਅਰਦਾਸ ਦੀ ਗੱਲ ਕੀਤੀ ਅਤੇ ਜਿਹੜਾ ਸ਼ਬਦ ਪੜ੍ਹੇ ਆਪਾਂ ਨੇ, ਪਾਤਸ਼ਾਹ ਇੱਥੇ ਵੀ ਕਹਿ ਰਹੇ ਨੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡਾ ਭਾਗ ਭੇਟੇ ਗੁਰਦੇਵਾ। ਪਰਮਾਤਮਾ ਨੂੰ ਸਦਾ ਨਮਸਕਾਰ, ਉਹਨੂੰ ਨਮਸਕਾਰ ਕਰਦੇ ਰਹੀਏ ਸਦਾ ਵਾਸਤੇ। ਕੋਈ ਇਹ ਨਹੀਂ ਹੈ ਵੀ ਗੁਰੂ ਦਰਬਾਰ ਵਿੱਚ ਆ ਕੇ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਚੱਲਦਿਆਂ, ਫਿਰਦਿਆਂ, ਕੰਮ ਕਰਦਿਆਂ ਉਹਦਾ ਸ਼ੁਕਰ ਕਰੀਏ, ਉਹਦਾ ਸ਼ੁਕਰਾਨਾ ਕਰੀਏ, ਉਹਦੇ ਅੱਗੇ ਅਰਦਾਸ ਕਰੀਏ, ਪਾਤਸ਼ਾਹ ਨਮਸਕਾਰ ਹੈ ਤੈਨੂੰ, ਅਤੇ ਸਾਨੂੰ ਮਹਾਰਾਜ ਆ ਅੱਖਾਂ ਲਾਈਆਂ, ਕੰਨ ਲਾਏ, ਨੱਕ ਲਾਏ, ਪੈਰ ਲਾਏ, ਕੰਮ ਕਰਨ ਵਾਸਤੇ ਹੱਥ ਲਾ ਤੇ, ਇਹ ਮਨੁੱਖਾ ਦੇਹ ਬਖਸ਼ ਦਿੱਤੀ। ਪ੍ਰਭੂ ਪਾਤਸ਼ਾਹ ਦੇ ਗੁਣ ਗਾਉਂਦੇ ਰਹੀਏ। ਫਿਰ ਮਹਾਰਾਜ ਕਹਿੰਦੇ, ਉਹ ਨਮਸਕਾਰ ਕਰੋ ਅਤੇ ਉਹਦੇ ਗੁਣ ਗਾਉਂਦੇ ਰਹੋ। ਹੱਥ ਹੱਥ ਪਾਓ ਸਭ ਕਾਮ, ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਕੰਮ ਕਰੋ। ਅਤੇ ਫਿਰ ਕਹਿੰਦੇ, ਭਾਈ ਜੀਵਾਂ ਦੇ ਨਾਲ ਪਰਮੇਸ਼ੁਰ ਦਾ ਨਾਮ ਜਪੋ। ਹੁਣ ਇੱਥੇ ਮਹਾਰਾਜ ਵੀ ਕਹਿ ਰਹੇ ਨੇ, ਬੰਦਨਾ ਹਰ ਬੰਦਨਾ, ਮੇਰੀ ਅਰਦਾਸ ਬੇਨਤੀ ਹੈ ਤੇਰੇ ਚਰਨਾਂ ਵਿੱਚ ਪਾਤਸ਼ਾਹ। ਗੁਣ ਗਾਵੋ ਗੋਪਾਲ ਰਾਏ, ਪਾਤਸ਼ਾਹ ਜੇ ਕਿਰਪਾ ਕਰਦੇ ਵੀ ਮੈਂ ਤੇਰੇ ਗੁਣ ਗਾਉਂਦੀ ਰਹਾਂ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪ੍ਰਾਧ ਮਿੱਟੇ ਹਰ ਸੇਵਾ,
ਫਿਰ ਇੱਥੇ ਵੀ ਮਹਾਰਾਜ ਕਹਿੰਦੇ ਨੇ ਜਿਉਂ ਜਿਉਂ ਉਹ ਵਧਾਈ ਹੈ, ਜਿਵੇਂ ਕਹਿ ਤਾ ਨਾ ਪਹਿਲਾਂ ਪੰਗਤੀ ਪੜ੍ਹੀ ਹੈ ਭਾਈ। ਫਿਰ ਮਹਾਰਾਜ ਜਦੋਂ ਕਿਰਪਾ ਕਰਦੇ ਨੇ, ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, ਸੰਗਤ ਮਿਲਦੀ ਹੈ, ਕੋਟ ਅਪਰਾਧ ਮਿਟੇ ਹਰ ਸੇਵਾ, ਗੁਰੂ ਦੀ ਰਾਹੀਂ ਪਰਮਾਤਮਾ ਦੀ ਸੇਵਾ ਰਾਹੀਂ ਭਗਤੀ ਰਾਹੀਂ ਉਹਦੀ ਭਗਤੀ ਕਰਨ ਦੇ ਨਾਲ ਕਰੋੜਾਂ ਪਾਪ ਮਿਟ ਜਾਂਦੇ ਨੇ। ਫਿਰ ਮਹਾਰਾਜ ਤਾਂ ਹੀ ਕਹਿੰਦੇ ਮੈਂ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿਤ ਲਾਏ। ਪਰ ਜਦੋਂ ਰੱਬ ਦੇ ਪਿਆਰਿਆਂ ਦਾ ਸੰਗ ਹੁੰਦਾ ਭਾਈ, ਮਹਾਰਾਜ ਦੀ ਬਾਣੀ ਜਿੰਨੀ ਪੜ੍ਹ ਲਓਗੇ, ਕਿਤੇ ਨਾ ਸਾਧੂਆਂ ਦੀ ਗੱਲ ਕੀਤੀ ਹੈ, ਕਿਤੇ ਭਾਈ ਸੰਤਾਂ ਦੀ ਗੱਲ ਕੀਤੀ ਹੈ। ਵੈਸੇ ਤਾਂ ਅੱਜ ਕੱਲ੍ਹ ਸੰਤਾਂ ਨੂੰ ਲੋਕ ਮੰਨਦੇ ਨਹੀਂ ਹੈ, ਪਰ ਜਿਨ੍ਹਾਂ ਨੇ ਸੰਗਤ ਕਰ ਲਈ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿਤ ਲਾਏ। ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਕੋਟ ਅਪਰਾਧ ਮਿਟੇ ਹਰ ਸੇਵਾ। ਮਾਰਗ ਸੰਤਾਂ ਦਾ ਧਰਮ ਦੀ ਪੌਣੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ, ਮਾਰਗ ਸੰਤਾਂ ਦਾ ਧਰਮ ਦੀ ਪੌਣੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ, ਸੰਤਾਂ ਦਾ ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ, ਮਾਰਗ ਸੰਤਾਂ ਦਾ ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ। ਮਾਰਗ ਸੰਤਾਂ ਦਾ ਧਰਮ ਦੀ ਪੌੜੀ ਜੀ, ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ, ਮਾਰਗ ਸੰਤਾਂ ਦਾ ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ, ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ, ਮਾਰਗ ਸੰਤਾਂ ਦਾ ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ। ਮਿਲਦੀ ਵੱਡੇ ਜੀ ਭਾਗਾਂ ਵਾਲਿਆਂ ਨੂੰ, ਮਿਲਦੀ ਵੱਡੇ ਜੀ ਭਾਗਾਂ ਵਾਲਿਆਂ ਨੂੰ, ਮਿਲਦੀ ਵੱਡੇ ਜੀ ਭਾਗਾਂ ਵਾਲਿਆਂ ਨੂੰ, ਮਿਲਦੀ ਵੱਡੇ ਜੀ ਭਾਗਾਂ ਵਾਲਿਆਂ ਨੂੰ। Thank you.
ਮਾਰਗ ਸੰਤਾਂ ਦਾ ਧਰਮ ਦੀ ਪੌੜੀ ਜੀ, ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ। ਮਾਰਗ ਸੰਤਾਂ ਦਾ ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ। ਸੰਤਾਂ ਦਾ ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ। ਮਾਰਗ ਸੰਤਾਂ ਦਾ ਧਰਮ ਦੀ ਪੌੜੀ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ। ਕੋਟ ਜਨਮ ਕੇ ਕਿਲ ਵਿਖ ਨਸ ਹਰ ਚਰਨੀ ਚਿਤ ਲਾਏ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਰੱਬ ਦੇ ਪਿਆਰਿਆਂ ਦਾ ਸੰਗ ਹੁੰਦਾ, ਕੋਟ ਪਰਾਧ ਮਿਟੇ ਹਰ ਸੇਵਾ, ਸੇਵਾ ਭਗਤੀ ਕਰਕੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ, ਇੱਥੇ ਹੀ ਪਾਤਸ਼ਾਹ ਕਹਿੰਦੇ ਨੇ। ਅਤੇ ਜਿਹੜੀ ਪੰਗਤੀ ਪੜ੍ਹੀ ਆ ਮਹਾਰਾਜ ਦੀ, ਉਹ ਵੀ ਭਾਈ ਕਹਿੰਦੇ ਨੇ, ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿਤ ਲਾਏ। ਕਿਲ ਵਿਖ ਪਾਪਾਂ ਨੂੰ ਕਹਿੰਦੇ ਨੇ, ਜਿਹੜੇ ਸਾਡੇ ਪਾਪ ਕੀਤੇ ਹੋਏ ਨੇ, ਬੰਦਾ ਉਰੋਂ ਚਲਿਆ ਜਾਂਦਾ। ਜਿਹੜੇ ਕਰਮ ਨੇ ਨਾ ਭੋਗੇ ਗਏ ਤਾਂ ਉਹ ਅਗਲੇ ਜਾਮੇ ਵਿੱਚ ਭੋਗਣੇ ਪੈਣਗੇ। ਜਿਹੜੇ ਕਰਮ ਮਾੜੇ ਕੀਤੇ ਨੇ ਉਹ ਕਦੇ ਵੀ ਭੋਗਣੇ ਪੈਣਗੇ, ਪਰ ਉਹਨਾਂ ਦਾ ਭਾਈ ਨਿਰਣਾ ਜ਼ਰੂਰ ਹੋਣਾ ਹੈ। ਤਾਂ ਹੀ ਭਾਈ ਵਾਰ ਵਾਰ ਬਾਣੀ ਸਮਝਾਉਂਦੀ ਹੈ ਵੀ ਮਾੜੇ ਕਰਮ ਨਹੀਂ ਕਰਨੇ, ਚੰਗੇ ਕਰਮ ਕਰਨੇ ਨੇ। ਪਾਤਸ਼ਾਹ ਕਹਿੰਦੇ, ਭਾਈ ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤੇ ਜੜਨਾ ਵਿਆਪੈ। ਸਾਧੂ ਸੰਗੇ ਸਾਧੂ ਸਾਗਰ ਧਰਿਆ, ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ। ਰੱਬ ਦੇ ਪਿਆਰ ਨਾਲ ਮਿਲ ਕੇ ਬੰਦਾ ਫਿਰ ਪਰਮੇਸ਼ੁਰ ਦੀ ਬੰਦਗੀ ਕਰਦਾ, ਨਾਮ ਜਪਦਾ ਹੈ। ਫਿਰ ਮਹਾਰਾਜ ਕਹਿੰਦੇ ਨੇ, ਜਿਉਂ ਜਿਉਂ ਉਹ ਵਧਾਈਆ ਤਿਉਂ ਤਿਉਂ ਹਰ ਸਿਉਂ ਰੰਗ। ਜਦੋਂ ਸੰਗਤ ਕਰਾਂਗੇ ਰੱਬ ਦੇ ਪਿਆਰਿਆਂ ਦੀ, ਫਿਰ ਜਿਉਂ ਜਿਉਂ ਅਸੀਂ ਸੰਗਤ ਕਰੀ ਜਾਵਾਂਗੇ, ਗੁਣ ਗਾਈ ਜਾਵਾਂਗੇ, ਫਿਰ ਰੰਗ ਚੜ੍ਹੀ ਜਾਵੇਗਾ। ਜੇ ਰੰਗ ਚੜ੍ਹਦਾ, ਫਿਰ ਮਹਾਰਾਜ ਕਹਿੰਦੇ ਨੇ, ਭਾਈ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕਹਿੰਦੇ ਚਾਰ ਪਦਾਰਥ ਚਾਹੀਦੇ ਨੇ ਤੈਨੂੰ, ਕਹਿੰਦੇ ਸਾਧੂਆਂ ਦੀ ਸੇਵਾ ਕਰ ਲੈ। ਹੁਣ ਚਾਰ ਪਦਾਰਥ ਕਿਹੜੇ ਨੇ ਭਾਈ? ਧਰਮ, ਅਰਥ, ਕਾਮ, ਮੋਖ। ਮੁੱਖ ਦਾ ਭਾਵ ਹੈ ਮੁਕਤ ਹੋ ਜਾਣਾ, ਜਿਉਂਦੇ ਜੀ ਮੁਕਤ ਹੋ ਜਾਣਾ, ਧਰਮ ਅਖਤਿਆਰ ਕਰਨਾ, ਅਰਥ, ਕਾਮ, ਮੋਖ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਚਾਰ ਪਦਾਰਥ ਪ੍ਰਾਪਤ ਹੋ ਜਾਂਦੇ ਨੇ, ਜਦੋਂ ਰੱਬ ਦੇ ਪਿਆਰਿਆਂ ਦਾ ਸੰਗ ਕਰੇਗਾ। ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਹੁਣ ਜਿਹਨੇ ਕਿਸੇ ਨੇ ਵੀ ਆਪਣਾ ਕਹਿੰਦੇ ਦੁੱਖ ਮਿਟਾਉਣਾ ਨਾ, ਮਹਾਰਾਜ ਕਹਿੰਦੇ ਭਾਈ ਹਰ ਹਰ ਨਾਮ ਹਿਰਦੈ ਸਦ ਗਾਵੈ, ਪਰਮੇਸ਼ੁਰ ਦਾ ਨਾਮ ਜਪਣਾ ਸ਼ੁਰੂ ਕਰ ਦਿਓ, ਦੁੱਖ ਮਿਟ ਜਾਂਦੇ ਨੇ। ਆਓ ਕਿੱਥੇ ਸਾਖੀ ਆਉਂਦੀ ਹੈ ਭਾਈ, ਆਪੇ ਦੇ ਨਾਲ ਮਿਲਦੀ ਜੁਲਦੀ ਸਾਖੀ ਲਾਈਏ। ਜਦੋਂ ਰੱਬ ਦੇ ਪਿਆਰਿਆਂ ਦਾ ਸੰਗ ਆਉਂਦਾ ਫਿਰ ਬੰਦਾ ਨਾਮ ਜਪਦਾ ਹੈ। ਜਿਹਨਾਂ ਦਸੰਦਣਿਆਂ ਦੁਰਮਤ ਵੰਝਾ, ਮਿੱਤਰ ਸਾਡੜੇ ਸਹੀ, ਹਾਉ ਢੁਡੇਦੀ ਜੱਗ ਸਵਾਇਆ, ਜਨ ਨਾਨਕ ਵਿਰਲੇ ਕਈ, ਪਰ ਹੈ ਵਿਰਲੇ ਨੇ ਇਹ ਜੇ ਜੱਗ ਮੈਂ ਉੱਤਮ ਕਾਢੀ, ਵਿਰਲੇ ਕਈ ਕੇ। ਜਿਹੜੇ ਪਰਮੇਸ਼ੁਰ ਦੇ ਨਾਲ ਜੋੜਦੇ ਨੇ, ਆਪਣੇ ਨਾਲ ਹਰ ਇੱਕ ਜੋੜ ਲੈਂਦਾ ਵੀ ਭਾਈ ਮੇਰੀ ਵਡਿਆਈ ਕਰੂਗਾ, ਜਿਹਦੀ ਮਹਿਮਾ ਕਰੂਗਾ ਇਹ।
ਆਪਣੀ ਵਡਿਆਈ ਦੂਜੇ ਦੀ ਬੁਰਿਆਈ ਸਾਡੇ ਸਾਨੂੰ ਵਧੀਆ ਲੱਗਦੀ ਹੈ। ਰੱਬ ਦੇ ਪਿਆਰੇ ਨਹੀਂ ਹੁੰਦੇ ਪਰਵਾਹ, ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹਾਂ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਨੇ। ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਕੋਈ ਵੀ ਆਡੀਓ ਕੈਸਟ ਸੁਣ ਲਓ, 52 ਸਾਲ ਕੀਰਤਨ ਕੀਤਾ ਉਹਨਾਂ ਨੇ, ਕਿਸੇ ਵੀ ਰਿਕਾਰਡਿੰਗ ਦੇ ਵਿੱਚ ਪ੍ਰਬੰਧਕਾਂ ਦਾ ਵੀ ਧੰਨਵਾਦ ਨਹੀਂ ਕੀਤਾ ਹੋਇਆ ਕਿਸੇ ਵੀ ਰਿਕਾਰਡਿੰਗ 'ਚ। ਪੜ੍ਹ ਸੁਣ ਕੇ ਦੇਖ ਲਿਓ ਕਦੇ ਵੀ, ਅਤੇ ਅੱਜ ਕੱਲ੍ਹ ਦੇ ਦੇਖ ਲਓ ਭਾਈ ਕਿੰਨਾ ਭਾਈ ਜੇ ਪ੍ਰਚਾਰਕ ਨੇ ਕਿੰਨਾ ਧੰਨਵਾਦ ਕਰਦੇ ਨੇ, ਜੇ ਕੋਈ ਆ ਗਿਆ ਨਹੀਂ ਪਤਾ ਉਹਦੇ ਨਾਮ 'ਤੇ ਜਗਾਰੀ ਛੱਡੀ ਜਾਣ, ਕੋਈ ਸਿਆਸੀ ਬੰਦਾ ਆ ਗਿਆ। ਸੋ ਇਹੋ ਜਿਹੇ ਰੱਬ ਦੇ ਪਿਆਰਿਆਂ ਕਰਕੇ ਭਾਈ ਇਹ ਧਰਤੀ ਖੜ੍ਹੀ ਹੈ, ਤੌਲੋ ਧਰਮ ਦਇਆ ਕਾ ਪੂਤ। ਇਹੋ ਜਿਹੇ ਰੱਬ ਦੇ ਪਿਆਰੇ ਫਿਰ ਗੁਰੂ ਦੇ ਨਾਲ ਜੋੜਨ, ਲੱਖਾਂ ਕਰੋੜਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੰਦੇ ਨੇ ਅਤੇ ਗੁਰੂ ਦੇ ਨਾਮ ਜਪਣ ਲਾ ਦਿੰਦੇ, ਬਾਣੀ ਪੜ੍ਹਨ ਲਾ ਦਿੰਦੇ ਨੇ। ਅਤੇ ਪੱਟੀ ਸ਼ਹਿਰ ਦਾ 9 ਲੱਖੀ ਪੱਟੀ ਵੱਜਦੀ ਸੀ, ਆਪਾਂ ਨੇ ਭਾਵੇਂ ਕਿਹਾ ਭਾਈ ਜੇ ਕੋ ਜਨ ਮਨ 'ਤੇ ਡਰ ਹੈ ਸਾਧ ਜਨਾ ਕੀ ਸਰਣੀ ਪਰੈ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੈ। ਇੱਥੋਂ ਆਪਾਂ ਪੰਗਤੀ ਦੀ ਵਿਚਾਰ ਆਰੰਭ ਕਰਦੇ ਹਾਂ, ਧਿਆਨ ਰੱਖਿਓ ਇੱਥੋਂ ਹੀ ਆਪਾਂ ਸਮਾਪਤੀ ਕਰਨੀ ਹੈ। ਅਤੇ ਕਹਿੰਦੇ ਹੁਣ 9 ਲੱਖ ਦੀ ਪੱਟੀ ਵੱਜਦੀ ਸੀ ਅਤੇ 9 ਲੱਖ ਦੀ ਪੱਟੀ ਦੇ ਵਿੱਚੋਂ 3 ਲੱਖ ਪੱਟੀ ਦਾ ਮਾਲਕ ਸੀ ਚੌਧਰੀ ਲੰਗਾਹ, ਇਹਦਾ ਇਤਿਹਾਸ ਦੇ ਵਿੱਚ ਇੱਕ ਹੋਰ ਨਾਮ ਵੀ ਆਇਆ ਹੈ, ਪਰ ਮੂਲ ਜਿਹੜਾ ਇਤਿਹਾਸ ਵਿੱਚ ਨਾਮ ਉਹਨੂੰ ਚੌਧਰੀ ਲੰਗਾਹ ਕਹਿੰਦੇ ਨੇ, ਕਿਉਂਕਿ ਭਾਈ ਗੁਰਦਾਸ ਨੇ ਆਪਣੀਆਂ 12 ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ। ਅਤੇ ਚੌਧਰੀ ਲੰਗਾਹ 3 ਲੱਖ ਦਾ ਮਾਲਕ ਸੀ ਅਤੇ ਕਹਿੰਦੇ ਵਧੀਆ ਸ਼ੌਹਰਤ ਦੀ, ਪੈਸਾ ਸੀ, ਜ਼ਮੀਨ ਜਾਇਦਾਦ ਸੀ, ਨੌਕਰ ਚਾਕਰ ਸੀ, ਚੰਗੇ ਘੋੜੇ ਸਨ। ਹੁਣ ਜਦੋਂ ਸਾਨੂੰ ਦਾਤਾਂ ਮਿਲ ਜਾਂਦੀਆਂ ਨੇ ਨਾ, ਫਿਰ ਅਸੀਂ ਪਰਮਾਤਮਾ ਨੂੰ ਅਕਸਰ ਭੁੱਲ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਾ ਹੀ ਮਰਨ ਵਿਚਾਰਾ। ਜਦੋਂ ਸਾਨੂੰ ਦਾਤਾਂ ਮਿਲ ਗਈਆਂ ਫਿਰ ਅਸੀਂ ਭੁੱਲ ਜਾਣਾ ਪਰਮਾਤਮਾ ਨੂੰ। ਅਤੇ ਕਹਿੰਦੇ ਹੁਣ ਸਮਾਂ ਬੀਤਦਾ ਗਿਆ ਏ, ਪਰਮਾਤਮਾ ਨੂੰ ਭੁੱਲ ਗਿਆ, ਅਤੇ ਭੁੱਲਿਆ ਹੋਇਆ ਪਰਮਾਤਮਾ ਨੂੰ ਕੋਈ ਮਾੜਾ ਕਰਮ ਜਾਗਿਆ ਅਤੇ ਕਹਿੰਦੇ ਕੋੜ ਦਾ ਰੋਗ ਹੋ ਗਿਆ ਇਹਨੂੰ। ਬੜੇ ਹਕੀਮ ਵੈਦ ਬੁਲਾਏ ਗਏ, ਕਿਉਂਕਿ ਪੈਸਾ ਸੀ, ਬੜੇ ਹਕੀਮਾਂ ਨੂੰ ਦਿਖਾਇਆ ਗਿਆ ਪਰ ਕੋਈ ਇਲਾਜ ਨਾ ਹੋਇਆ। ਜੇ ਪਾਤਸ਼ਾਹ ਦੀ ਬਾਣੀ ਦੀ ਪੰਗਤੀ ਕੱਲ੍ਹ ਵੀ ਪੜ੍ਹੀ ਸੀ ਆਪਾਂ ਨੇ, ਸੁਣਦੇ ਹਾਂ ਰੋਜ਼, ਭਾਈ ਔਖ ਦੇ ਆਏ ਰਾਸ ਵਿੱਚ ਆਪ ਖਲੋਆ। ਜਦੋਂ ਰਾਸ ਆਉਂਦੀ ਆ ਨਾ ਦਵਾਈ, ਜਦੋਂ ਵਿੱਚ ਆਪ ਖੜ ਜਾਂਦਾ, ਜਿਵੇਂ ਫਿਰ ਸਿਆਣੇ ਕਹਿੰਦੇ ਨੇ ਭਾਈ ਤਾਂ ਸਵਾਹ ਦੀ ਚੁਟਕੀ ਤੋਂ ਹੀ ਠੀਕ ਹੋ ਗਿਆ, ਦਵਾਈ ਲੈਣ ਦੀ ਵੀ ਲੋੜ ਨਹੀਂ ਪਈ, ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ। ਅਤੇ ਹੁਣ ਕਹਿੰਦੇ ਜਦੋਂ ਬਿਪਤ ਪੈ ਜਾਂਦੀ ਹੈ ਫਿਰ ਘਰ ਦੇ ਵੀ ਭਾਈ ਮਾੜਾ ਕਹਿਣ ਲੱਗਦੇ ਨੇ ਵੀ ਕਿੱਥੇ ਇਹਨੂੰ ਤਾਂ ਰੱਬ ਕੱਪੜਾ ਹੀ ਪਾ ਲੈਂਦਾ, ਇੱਦਾਂ ਦੀਆਂ ਗੱਲਾਂ ਹੋਣ ਲੱਗਦੀਆਂ ਨੇ। ਅਤੇ ਜਾ ਭਾਈ ਅੱਜ ਕੱਲ੍ਹ ਅਸ਼ਰਾਂ ਬਣੇ ਹੋਏ ਨੇ, ਭਾਈ ਆਸ਼ਰਮ ਉੱਥੇ ਛੱਡ ਆਉਂਦੇ ਨੇ, ਖਾਸ ਕਰਕੇ ਇਹ ਸ਼ਹਿਰਾਂ ਦੇ ਵਿੱਚ ਜਿਹੜੇ ਆਪਣੇ ਮਾਂ ਬਾਪਾਂ ਨੂੰ ਨਹੀਂ ਪਾਲ ਸਕਦੇ, ਸ਼ਹਿਰਾਂ ਦੇ ਲੋਕ ਹਨ ਖਾਸ ਕਰਕੇ, ਕਿਉਂਕਿ ਜ਼ਿਆਦਾ ਪੜ੍ਹ ਲਿਖੇ ਹੋਏ ਨੇ ਉਹ। ਪਿੰਡਾਂ ਵਿੱਚ ਨਹੀਂ ਕਹਿ ਸਕਦੇ ਸਾਰਿਆਂ ਨੂੰ ਆਪਾਂ, ਪਰ ਪਿੰਡਾਂ ਵਿੱਚ ਵੀ ਐਸੇ ਹਨ ਜਿਨ੍ਹਾਂ ਦੇ ਮਾਂ ਬਾਪ ਗੁਰਦੁਆਰਾਂ ਵਿੱਚ ਰੁਲ ਕੇ ਵੀ ਭਾਈ ਪ੍ਰਾਣ ਤਿਆਗੇ ਨੇ। ਅੱਜ ਵੀ ਰਾੜਾ ਸਾਹਿਬ ਚਲੇ ਜਾਓ, ਬੜੇ ਉੱਥੇ ਐਸੇ ਵਿਚਾਰੇ ਬਜ਼ੁਰਗ ਬੈਠੇ ਹਨ ਜਿਨ੍ਹਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਸੋ ਜੋ ਮਾਂ ਬਾਪ ਦੀ ਸੇਵਾ ਕਰਾਂਗੇ, ਵੱਡਿਆਂ ਦੀ ਸੇਵਾ ਕਰਾਂਗੇ, ਮਹਾਰਾਜ ਜ਼ਰੂਰ ਕਿਰਪਾ ਕਰਾਂਗੇ। ਕਿਸੇ ਵੀ ਮਰੀਜ਼ ਦੀ, ਕੋਈ ਮਾਂ ਬਾਪ ਦੀ ਨਹੀਂ ਕਹਿੰਦਾ ਮੈਂ, ਕਿਸੇ ਵੀ ਤੁਸੀਂ ਸੇਵਾ ਕਰ ਲਓਗੇ ਪਿਆਰ ਦੇ ਨਾਲ। ਹੁਣ ਡਾਕਟਰ ਭਾਈ ਅੱਧਾ ਕਿਉਂ ਠੀਕ ਕਰਦੇ ਨੇ, ਕਿਉਂਕਿ ਉਹ ਪਿਆਰ ਨਾਲ ਵੀ ਸਮਝਾਉਂਦੇ ਨੇ ਮਰੀਜ਼ ਨੂੰ, ਅੱਧਾ ਤਾਂ ਮਰੀਜ਼ ਇੱਦਾਂ ਠੀਕ ਹੋ ਜਾਂਦਾ।
ਜ਼ਰੂਰ ਮਹਾਰਾਜ ਫਿਰ ਕਿਰਪਾ ਕਰਦੇ ਨੇ। ਮਹਾਰਾਜ ਇੱਕ ਬਾਣੀ ਕਹਿੰਦੇ ਨੇ, ਭਾਈ ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲਣ ਹੀ ਭੰਨਾ ਕਾਲੇ। ਤੇਰੀ ਸੇਵਾ ਕੀਤੀ ਹੋਈ ਦਾ ਫਲ ਉਹਨੂੰ ਮਿਲ ਜਾਣਾ ਜੇ ਤੂੰ ਉਹਦੀ ਸੇਵਾ ਕਰੇਗਾ। ਇਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਕਿਰਪਾ ਕਰਨਗੇ, ਤਿਲ ਮਾਤਰ ਜਿੰਨਾ ਵੀ ਭਾਅ ਮਹਾਰਾਜ ਕਰਜ਼ ਨਹੀਂ ਰੱਖਦੇ, ਤੈਨੂੰ ਵਾਪਸ ਦੇਣਗੇ। ਹੁਣ ਕੋੜਦਾ ਰੋਗ ਹੋਰ ਵਧਿਆ ਅਤੇ ਘਰਦਿਆਂ ਨੇ ਵੀ ਭਾਈ ਦੇਖਣਾ ਪਾਲਣਾ ਸ਼ੁਰੂ ਛੱਡ ਦਿੱਤਾ ਵੀ ਹੁਣ ਕੀ ਇਹਨੂੰ ਕਰਾਂਗੇ, ਦਵਾਈ ਨਹੀਂ ਕੋਈ ਲੱਗ ਰਹੀ। ਇੱਕ ਪਾਸੇ ਸੈਡ ਜੀ 'ਤੇ ਮੰਜਾ ਲਾ ਤਾ ਅਤੇ ਉੱਥੇ ਹਾਏ ਵੂ ਕਰ ਰਿਹਾ, ਅਤੇ ਸਮੇਂ ਨਾਲ ਮਾੜਾ ਮੋਟਾ ਪਾਣੀ ਰੋਟੀ ਦੇ ਆਉਂਦੇ ਨੇ, ਰੱਖੇ ਚਲੇ ਜਾਂਦੇ ਨੇ, ਖਾਵੇ ਚਾਹੇ ਨਾ ਖਾਵੇ। ਤਾਂ ਹੀ ਤਾਂ ਬਾਣੀ ਵੀ ਕਹਿੰਦੀ ਹੈ, ਭਾਈ ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁੱਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁੱਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿਤ ਚਾਹੂ ਦਿਸਘੇਰ, ਬਿਪਤ ਪਰੀ ਸਭ ਹੀ ਸੰਗ ਛਾੜਦ ਕਹੂ ਨਾ ਆਵਤ ਨੇਰੈ, ਘਰ ਕੀ ਨਾਰ ਬਹੁਤ ਇਤ ਜਾ ਸਿਉਂ ਸਦਾ ਰਹਿਤ ਸੰਗ ਲਾਗੀ, ਜਬ ਹੀ ਹਾਂ ਸਦਾ ਜੀ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ। ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਨੇੜੇ ਟੁਕ ਟੁਕ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ। ਨੇੜੇ ਹੋ ਹੋ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਨੇੜੇ ਹੋ ਹੋ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਨੇੜੇ ਹੋ ਹੋ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ। ਵਿੱਚ ਸੁਖਾਂ ਦੇ ਸਾਰੀ ਦੁਨੀਆ, ਵਿੱਚ ਸੁਖਾਂ ਦੇ ਸਾਰੀ ਦੁਨੀਆ, ਸੁਖਾਂ ਦੇ ਸਾਰੀ ਦੁਨੀਆ, ਵਿੱਚ ਸੁਖਾਂ ਦੇ ਸਾਰੀ ਦੁਨੀਆ, ਵਿੱਚ ਸੁਖਾਂ ਦੇ ਸਾਰੀ ਦੁਨੀਆ, ਵਿੱਚ ਸੁਖਾਂ ਦੇ ਸਾਰੀ ਦੁਨੀਆ, ਸੁਖਾਂ ਦੇ ਸਾਰੀ ਦੁਨੀਆ, ਵਿੱਚ ਸੁਖਾਂ ਦੇ ਸਾਰੀ। ਨੇੜੇ ਹੋ ਪੈਂਦੀ ਹੈ ਵਿੱਚ ਸੁਖਾਂ ਦੇ, ਨੇੜੇ ਟੁੱਕ ਟੁੱਕ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਨੇੜੇ ਹੋ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ, ਨੇੜੇ ਹੋ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਪਾਇਆ ਸਾਹਿਬ ਮਨ ਬੱਜੀਆਂ ਬਾਗਾਈਆਂ, ਡਾਗਰ ਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਬਾਬਾ ਬੋ ਹਰੀ ਤੇਰਾ ਮਨ ਜਿੰਦ ਸਾਇਆ, ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਦੇਵਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਕਾਰਿਓ ਕਰੇ ਤੇਰਾ ਕਾਰਜ ਸਭ ਸੁਭਾਵਨਾ, ਸਮਨਾਂਗਲਾ ਸਮਰੱਥ ਸੁਆਮੀ ਸੋ ਕੇ ਮਨ ਹੋ ਵਿਸਾਰੇ, ਇਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਭ ਤਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਤੈ ਮਨ ਵਸਿਆ ਬਾਜੇ ਸ਼ਬਦ ਸੁਨੇਰੇ, ਕਹਿ ਨਾਨਕ ਫਤਿਹ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ, ਨਾਮ ਵਾਇਆ ਸੱਚ ਨਾਮੀਆਂ ਦਾ ਜਿਨ ਭੁੱਖਾਂ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ, ਪੰਚ ਸ਼ਬਦ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ, ਭੂਤ ਤੁਧ ਵਾਸ ਕੀਤੇ ਬਾਲ ਪੰਡ ਕੁਮਾਰਿਆ, ਤੁਰ ਕਰਮ ਪਾਇਆ ਤੂੰ ਜਿਣ ਕੋ ਸੇ ਨਾਮ ਹਰ ਕਹਿ ਲਾਗੇ, ਸੁਖ ਹੋਆ ਅਨੰਤ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਅੰਤ ਸਾਜਨ ਭੈ ਸੰਤ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਾਧ ਗੁਰ ਰਹਿਆ ਪਰ ਪੂਰੇ, ਭਗਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੀਰ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਾਤ, ਰਾਤ ਦੋਏ ਦਾਈ ਦਾਇਆ ਲੈ ਸਾਗਲ ਜਾਗਤ, ਚੰਗੀਆਂ ਬੁਰਾਈਆਂ ਬਸ ਧਰਮ ਦੂਰ, ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖੋ ਚਾਲੇ ਕੀਤੀ ਛੁੱਟੀ ਨਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।